ਕੱਲ ਤਨਖਈਆ ਕਰਾਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ, ਨਾਲ ਹੀ ਨਾਲ ਇਹ ਵੀ ਕਹਿ ਦਿੱਤਾ ਗਿਆ ਕੈਬਨਿਟ ਦੇ ਜਿਹੜੇ ਵਜ਼ੀਰ ਸੀ ਉਸ ਵੇਲੇ ਦੇ, ਤੁਸੀਂ ਵੀ ਉਸ ਵੇਲੇ ਖਜ਼ਾਨਾ ਮੰਤਰੀ ਸੀਗੇ, ਤੁਸੀਂ ਵੀ ਸਪਸ਼ਟੀਕਰਨ ਤੁਹਾਨੂੰ ਵੀ ਦੇਣਾ ਹੋਏਗਾ ਕਿ ਇਸ ਪੂਰੇ ਰੋਲ ਦੇ ਵਿੱਚ ਤੁਹਾਡਾ ਕੀ ਰੋਲ ਸੀ, ਕੈਬਨਿਟ ਦਾ ਕੀ ਰੋਲ ਸੀ। ਬਿਲਕੁਲ, ਜੋ ਵੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਉਹਨੂੰ ਅਸੀਂ ਇੰਨ ਬਿੰਨ ਉਹਦੇ ਤੇ ਪਹਿਰਾ ਦੇਵਾਂਗੇ, ਤੇ ਜੋ ਵੀ ਸਾਡਾ ਮੇਰੇ ਧਿਆਨ ਵਿੱਚ ਹੈ ਕੋਈ ਗੱਲ ਜਾਂ ਜੋ ਕੁਛ ਉਸ ਸਮੇਂ ਘਟਨਾਵਾਂ ਜੋ ਹੋਈਆਂ ਜੋ ਮੈਨੂੰ ਪਤਾ ਹੈ ਉਹ ਸਾਰਾ ਲਿਖਤੀ ਰੂਪ ਚ ਅਸੀਂ ਦੇ ਕੇ ਆਵਾਂਗੇ, ਤੇ ਕੋਈ ਐਸੀ ਗੱਲ ਨਹੀਂ, ਇੱਕ ਵੀ ਗੱਲ ਸਾਡਾ ਕੋਈ ਲੁਕਾਉਣ ਦੀ ਮਨਸ਼ਾ ਨਹੀਂ। ਕਦੋਂ ਤੱਕ ਅਕਾਲ ਤਖ਼ਤ ਸਾਹਿਬ ਤੁਸੀਂ ਜਾ ਰਹੇ ਹੋ? ਦੇਖੋ, 15 ਦਿਨ ਦੇ ਵਿੱਚ ਵਿੱਚ ਕਿਹਾ, ਸੋ ਉਸ ਤੋਂ ਪਹਿਲਾਂ ਹੀ ਜਿਹੜਾ ਹੈ ਇਹ ਪੇਸ਼ ਹੋਵਾਂਗੇ ਜਾ ਕੇ। ਤੁਸੀਂ ਕਿਹਾ ਕਿ ਜੋ ਘਟਨਾਵਾਂ ਹੋਈਆਂ ਲਿਖ ਕੇ ਦੇਵਾਂਗੇ, ਘਟਨਾਵਾਂ ਦੀ ਤੁਸੀਂ ਸ਼ਿਕਾਇਤ ਵੀ ਕੀਤੀ, ਘਟਨਾਵਾਂ ਦਾ ਜ਼ਿਕਰ ਵੀ ਹੋਇਆ, ਘਟਨਾਵਾਂ ਤੋਂ ਬਾਅਦ ਤਨਖਈਆ ਵੀ ਕਰਾਰ ਦਿੱਤਾ ਗਿਆ। ਹੁਣ ਤੁਸੀਂ ਕੀ ਦੁਬਾਰਾ ਲਿਖੋਗੇ ਕਿ ਸੁਮੇਧ ਸੈਣੀ ਨੂੰ DGP ਕੈਬਨਿਟ ਨੇ ਨਹੀਂ, ਸੁਮੇਧ ਸੈਣੀ ਨੂੰ DGP ਡਿਪਟੀ CM ਉਸ ਵੇਲੇ ਸੁਖਬੀਰ ਬਾਦਲ ਨੇ ਲਗਾਇਆ ਸੀ, ਰਾਮ ਰਹੀਮ ਨੂੰ ਮਾਫ਼ੀ ਕੈਬਨਿਟ ਨੇ ਨਹੀਂ ਸੁਖਬੀਰ ਬਾਦਲ ਨੇ ਦਿੱਤੀ ਸੀ, ਕੀ ਕੁਛ ਤੁਹਾਡਾ ਤਰਕ ਜਿਹੜਾ ਰਹਿਣ ਵਾਲਾ? ਦੇਖੋ, ਬਿਲਕੁਲ ਮੈਂ ਤਾਂ ਇਹ ਸਮਝਦਾਂਗਾ ਵੀ ਜਿੰਨਾ ਸਾਡਾ ਰੋਲ ਹੈ ਅਸੀਂ ਰੱਖਾਂਗੇ। ਤੁਹਾਡਾ ਕੀ ਰੋਲ? ਸਾਡਾ ਕੋਈ ਰੋਲ ਨਹੀਂ, ਕਿਉਂਕਿ ਇਹ ਜਿਹੜੀਆਂ ਗੱਲਾਂ ਨਾ ਤਾਂ ਕੈਬਨਿਟ ਚ ਡਿਸਕਸ ਹੋਈਆਂ, ਇਹ ਗੱਲਾਂ ਸਾਰੀਆਂ ਜਦ ਇੱਕ ਵਾਰੀ ਜਦ ਬਰਗਾੜੀ ਕਾਂਡ ਹੋਇਆ ਉਸ ਤੋਂ ਬਾਅਦ ਸਾਰਿਆਂ ਨੇ ਕਿਹਾ ਸੀਗਾ ਵੀ ਇਹ ਬਹੁਤ ਮਾੜੀ ਹੋਈ, ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ। ਉਹਨਾਂ ਨੇ ਕਿਹਾ ਸੀ ਅਸੀਂ ਪਛਾਣ ਕਰ ਲਈ, ਛੇ ਤੋਂ ਛੇਤੀ ਅਸੀਂ ਫੜ ਕੇ ਉਹਨਾਂ ਨੂੰ ਅੰਦਰ ਕਰਾਂਗੇ, ਸਖ਼ਤ ਤੋਂ ਸਖ਼ਤ ਸਜ਼ਾ ਮਿਲਾਂਗੇ। ਇਸ ਤੋਂ ਇਲਾਵਾ ਹੋਰ ਕੋਈ ਗੱਲ, ਫੈਸਲਾ ਹੋਣ ਤੋਂ ਪਹਿਲਾਂ ਕੋਈ ਗੱਲ ਵੀ ਜਿਹੜੀ ਹੈ ਕਿਸੇ ਮਿਨਿਸਟਰ ਦੇ ਨਾਲ, ਮੈਂ ਆਪਦੇ ਨਾਲ ਕਹਿ ਸਕਦਾ, ਚਲੋ ਮੈਂ ਦੂਜਿਆਂ ਦਾ ਤਾਂ ਨਹੀਂ ਕਹਿ ਸਕਦਾ, ਨਾ ਮੇਰੇ ਨਾਲ ਡਿਸਕਸ ਹੋਈ ਨਾ ਮੇਰੇ ਧਿਆਨ 'ਚ ਹੈ, ਤੇ ਜਦ ਕੋਈ ਫੈਸਲੇ ਹੋ ਗਏ ਉਸ ਤੋਂ ਬਾਅਦ ਜਿਵੇਂ ਬਾਕੀ ਲੋਕਾਂ ਨੂੰ ਪਤਾ ਚੱਲਿਆ ਸਾਨੂੰ ਵੀ। ਉਸ ਤੋਂ ਬਾਅਦ ਪੁਰਾਣੇ ਸਾਥੀ ਕੈਬਨਿਟ ਦੇ ਉਸ ਵੇਲੇ ਦੇ ਵਜ਼ੀਰ ਦਿਲਜੀਤ ਚੀਮਾ ਕਹਿ ਰਹੇ ਨੇ ਕਿ ਪੂਰੀ ਕੈਬਨਿਟ ਜ਼ਿੰਮੇਵਾਰ ਹੈ, ਇਕੱਲੇ ਸੁਖਬੀਰ ਬਾਦਲ ਜ਼ਿੰਮੇਵਾਰ ਨਹੀਂ ਹੈ। ਕਿਸ ਰੂਪ 'ਚ ਜ਼ਿੰਮੇਵਾਰ ਹੈ ਦੱਸਣ ਨਾ, ਓਪਨਲੀ ਕਹਿਣ ਵੀ ਆਹ ਬੰਦੇ ਦਾ ਰੋਲ ਸੀਗਾ, ਇਹ ਬੰਦੇ ਦੀ ਸਲਾਹ ਲਈ ਗਈ ਸੀ, ਐ ਤੁਸੀਂ ਹਵਾਈ ਗੱਲਾਂ ਕਰਨਾ ਤਾਂ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਡੇਰੇ ਤੇ ਤੁਸੀਂ ਵੀ ਵੋਟ ਮੰਗਣ ਜਾਂਦੇ ਸੀਗੇ ਰਾਮ ਰਹੀਮ ਕੋ, ਤੁਸੀਂ ਵੋਟ ਮੰਗਣ ਗਏ? ਮੈਂ ਤਾਂ ਅਸੀਂ ਤਾਂ ਜੇ ਮੈਂ ਗਿਆ ਸੀ ਮੈਂ ਤਾਂ ਅਗਲੇ ਕੁਛ ਮਹੀਨਿਆਂ ਬਾਅਦ ਹੀ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਗਿਆ ਸੀ, ਉੱਥੇ ਮਾਫ਼ੀ ਮੰਗੀ, ਮੈਨੂੰ ਸਜ਼ਾ ਲੱਗੀ ਸੀ, ਉਹ ਸਜ਼ਾ ਪੂਰੀ ਕਰਕੇ ਫੇਰ ਦੁਬਾਰੇ ਜਿਹੜਾ ਮੈਨੂੰ ਮਾਫ਼ ਕੀਤਾ ਗਿਆ ਸੀ, ਸੋ ਮੈਂ ਤਾਂ ਉਦੋਂ ਵੀ ਨਹੀਂ ਅਸੀਂ ਲੁਕੋ ਰੱਖਿਆ। ਉਸ ਤੋਂ ਬਾਅਦ ਜੇ ਕੋਈ ਉਹਨਾਂ ਨੇ ਸਾਨੂੰ ਦੁਬਾਰੇ ਦਰਦ ਕੀਤੀ ਵੀ ਇਹ ਗਲਤੀ ਦੁਬਾਰੇ ਨਹੀਂ ਹੋਣੀ ਚਾਹੀਦੀ, ਜੇ ਉਸ ਤੋਂ ਬਾਅਦ ਕੋਈ ਹੋਈ ਹੈ ਤਾਂ ਅਸੀਂ ਤੁਹਾਡੇ ਦੇਣਦਾਰ। ਹੁਣ ਸੁਖਬੀਰ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਗਿਆ, ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਦੇਖੋ, ਅਕਾਲ ਤਖ਼ਤ ਸਾਹਿਬ ਨੇ ਲੋਕਾਂ ਦੀਆਂ ਜੋ ਭਾਵਨਾਵਾਂ ਨੇ ਉਹਨੂੰ ਮੱਦੇਨਜ਼ਰ ਇਹ ਫੈਸਲਾ ਕੀਤਾ ਹੈਗਾ, ਅਸੀਂ ਸਵਾਗਤ ਕਰਦੇ ਹਾਂ। ਬਾਕੀ ਮੈਂ ਇੱਕ ਸਮਝਦਾ ਵੀ ਤਨਖਾਹੀ ਆ, ਜਦ ਕੋਈ ਵਿਅਕਤੀ ਕਰਾਰ ਹੋ ਜਾਵੇ ਤਾਂ ਉਹਦੇ ਨਾਲ ਕੋਈ ਸਿੱਖ ਹੈ ਉਹ ਕਿਸੇ ਰੂਪ 'ਚ ਸੰਬੰਧ ਨਹੀਂ ਰੱਖਦਾ, ਨਾ ਤਾਂ ਉਹਦੇ ਨਾਲ ਮਿਲਦਾ ਨਾ ਕੋਈ ਹੋਰ ਰੂਪ 'ਚ ਸੰਬੰਧ ਰੱਖਦਾ, ਤੇ ਫਿਰ ਇਸ ਤਰ੍ਹਾਂ ਉਹਨਾਂ ਦਾ ਅਕਾਲੀ ਦਲ ਦਾ ਪ੍ਰਧਾਨ ਰਹਿਣਾ ਕਿਸ ਰੂਪ 'ਚ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਮੈਂ ਸਮਝਦਾ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ। ਬਲਵਿੰਦਰ ਭੁੰਦੜ ਨੂੰ ਪੁੱਛਿਆ, ਉਹ ਕਹਿੰਦੇ ਟੈਕਨੀਕਲ ਤੌਰ ਤੇ ਉਹ ਪ੍ਰਧਾਨ ਨੇ ਲੇਕਿਨ ਸਾਰੀਆਂ ਪਾਵਰਾਂ ਮੈਨੂੰ ਅਖਤਿਆਰ ਦਿੱਤੀਆਂ ਗਈਆਂ ਨੇ। ਦਿਲਜੀਤ ਚੀਮਾ ਹੋਰਾਂ ਨੇ ਵੀ ਕਿਹਾ, ਕਹਿੰਦੇ ਕਿਉਂਕਿ ਨਵੇਂ ਡੈਲੀਗੇਟਸ ਵੋਟ ਪਾਉਣਗੇ ਉਸ ਤੋਂ ਬਾਅਦ ਹੀ ਨਵਾਂ ਪ੍ਰਧਾਨ ਚੁਣਿਆ ਜਾਂਦਾ, ਲੇਕਿਨ ਹੁਣ ਉਹ ਸਾਈਡ ਤੇ ਨੇ ਪਾਵਰਾਂ ਸਾਰੀਆਂ। ਦੇਖੋ, ਗੱਲ ਹੈ ਟੈਕਨੀਕਲ ਗੱਲ ਦੀ ਕੋਈ ਨਹੀਂ ਹੁੰਦੀ, ਗੱਲ ਤਾਂ ਪ੍ਰਧਾਨ ਕੌਣ ਹੈ? ਪ੍ਰਧਾਨ ਕਹਿੰਦੇ ਟੈਕਨੀਕਲ ਗੱਲਾਂ ਦੀ ਕੋਈ ਮਾਇਨਾ ਨਹੀਂ ਹੈ। ਜੇ ਪ੍ਰਧਾਨ ਤੋਂ ਅਸਤੀਫਾ ਦੇ ਸਕਦੇ ਨੇ, ਕਾਰਜਕਾਰੀ ਪ੍ਰਧਾਨ ਵੀ ਕੰਮ ਚਲਾ ਸਕਦਾ। ਲਾਸਟ ਸਵਾਲ, ਜ਼ਰੂਰੀ ਤਾਂ ਨਹੀਂ। ਲਾਸਟ ਸਵਾਲ, ਕਿਉਂਕਿ ਬਲਵਿੰਦਰ ਭੁੰਦੜ ਨਿਊਜ਼ 18 ਤੇ ਆ ਕੇ ਕਹਿ ਰਹੇ, ਕਹਿੰਦੇ ਸੀਜ਼ ਫਾਇਰ ਕਰੋ, ਛੱਡ ਦੋ ਹੁਣ, ਕਹਿੰਦੇ ਮੈਂ ਅਪੀਲ ਕਰਦਾ ਢੀਂਡਸਾ ਹੋਰਾਂ ਨੂੰ, ਸਾਰਿਆਂ ਨੂੰ ਅਪੀਲ ਕਰਦਾ, ਆਓ ਭਰਾਓ ਇਕੱਠੇ ਹੋਵੋ, ਦਿੱਲੀ ਨਾਲ ਲੜੀਏ ਆਪਾਂ, ਕਿਉਂ ਪੰਥ ਪਿੱਛੇ ਆਪਸ ਗੁੱਥਮ ਗੁੱਥੀ ਹੋ ਰਹੇ ਆ। ਭੁੰਦੜ ਸਾਹਿਬ ਦੀ ਇਸ ਅਪੀਲ ਨੂੰ ਕਿਵੇਂ ਦੇਖਦੇ ਹੋ? ਜਾਓਗੇ ਇਕੱਠੇ ਹੋ? ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ, ਹਾਂ ਅਸੀਂ ਤਾਂ ਪਾਰਟੀ ਦੇ ਚੰਗੇ ਭਵਿੱਖ ਲਈ, ਪਾਰਟੀ ਦੀ ਮਜ਼ਬੂਤੀ ਲਈ ਕੁਝ ਗੱਲਾਂ ਕਹੀਆਂ ਜੋ ਮੰਨੀਆਂ ਜਾਂਦੀਆਂ ਸਾਨੂੰ, ਕਿ ਅਸੀਂ ਤਾਂ
ਮੈਂ ਕਹਿਣਾ ਸਾਨੂੰ ਕੋਈ ਜ਼ਿੰਮੇਵਾਰੀ ਨਾ ਦੇਣ। ਭੁਪਿੰਦਰ ਸਾਹਿਬ ਨਾਲ ਇਕੱਠੇ ਹੋਵੋਗੇ ਹੁਣ? ਦੇਖੋ ਗੱਲ ਇਹ ਵੀ ਜਿਹੜਾ ਮੇਨ ਮੁੱਦਾ ਉਹ ਤਾਂ ਹਜੇ ਵੀ ਉੱਥੇ ਹੀ ਉੱਥੇ ਹੈ, ਸੋ ਉਹਦਾ ਇਹਨਾਂ ਚੀਜ਼ਾਂ ਦਾ ਹਜੇ ਉਸ ਚੀਜ਼ ਨਾਲ ਕੋਈ ਸੰਬੰਧ ਨਹੀਂ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਮੈਂ ਇਕੱਲਾ ਵੀ ਨਹੀਂ, ਬੈਠ ਕੇ ਸਾਰੀ ਅੱਜ ਮੀਟਿੰਗ ਚ ਸਲਾਹ ਕਰ ਲਈ, ਉਸ ਤੋਂ ਬਾਅਦ ਹੀ ਫੈਸਲਾ ਹੋਊਗਾ।